स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड बांदर जटाणा, इस पिंड नूं कोटकपूरा तहसील पैंदी है ते जिला फरीदकोट है। ये आस पास पिंडां दी जे गल करिए, एक पासे वाड़ा दराका है ते दूजे हथ इहदे ढीमा वाली पिंड इहदे नाल रहि जांदा चक कल्याण, इदां दे पिंड जिहड़े उह वी इहदे आस पास दे है। ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ, ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਕਰਦਾ, ਪਸ਼ੂ ਜਿਹੜੇ ਉਹ ਘਰੇ ਰੱਖੇ ਹੋਏ ਆ, ਤੁਸੀਂ ਇੱਧਰ ਅੰਦਰ ਵਧੀਆਂ ਗਾਵਾਂ ਵੀ ਦੇਖੋਗੇ ਅਤੇ ਕੁਛ ਇੱਕ ਅੱਧਾ ਨਾਗ ਜਿਹੜਾ ਜਿਵੇਂ ਇੱਧਰ ਤੁਸੀਂ ਮੱਝ ਦੇਖ ਰਹੇ ਹੋ ਇਹ ਵੀ ਵੀਰ ਕੋਲ ਰੱਖੇ ਹੋਏ ਆ। ਅੱਜ ਦੀ ਵੀਡੀਓ 'ਚ ਇੱਕ ਵਹਿੜ ਤੁਹਾਨੂੰ ਦਿਖਾਉਣੀ ਹੈ। ਸ਼ੁਰੂ 'ਚ ਹੀ ਦੱਸ ਦੇਣਾ ਦੋਸਤੋ, ਇੱਕ ਤਾਂ ਜਿਹੜਾ ਇਹਦਾ ਢਾਂਚਾ ਉਹ ਬਹੁਤ ਚੰਗਾ, ਥੋੜ੍ਹੀ ਕ੍ਰੋਸ ਅੰਗ 'ਚ ਹੈ। ਗਰਮੀ ਦੇ ਵਿੱਚ ਇਹ ਗਾਵਾਂ ਕਾਮਯਾਬ ਰਹਿੰਦੀਆਂ ਕਿਉਂਕਿ ਗਰਮੀ ਇਹਨਾਂ ਨੇ ਮਨਾਉਣੀ ਨਹੀਂ ਹੁੰਦੀ, ਬਰੀਡ ਥੋੜ੍ਹੀ ਕ੍ਰੋਸ ਆ ਜਾਂਦੀ ਹੈ। ਅਤੇ ਦੂਜੀ ਗੱਲ, ਜਿਹੜਾ ਇਹਦਾ ਰੇਟ ਰੱਖਿਆ ਜਾਣਾ ਉਹ ਇੰਨੀ ਡਿਮਾਂਡ ਆਮ ਵੀਡੀਓ ਦੇ ਵਿੱਚ ਜਾਂ ਹੋਰ ਘਰ ਦੇ ਵਿੱਚੋਂ ਇੰਨਾ ਨੇੜ ਜੇ ਵਾਲਾ ਰੇਟ ਜਿਹੜਾ ਵਿਕਰੀ ਵਾਲੇ ਪਸ਼ੂ ਦੇ ਹਿਸਾਬ 'ਤੇ ਦੇਖੀਏ ਤਾਂ ਉਹ ਘੱਟ ਮਿਲਦਾ। ਸੋ ਅੱਜ ਜਿਹਨੂੰ ਇਹ ਗਾਂ ਪਸੰਦ ਆਉਂਦੀ ਹੈ, ਰੇਟ ਵੀ ਉਹਨੂੰ ਪਸੰਦ ਆ ਜਾਣਾ ਅਤੇ ਤੁਸੀਂ ਆ ਕੇ ਖਰੀਦ ਲਿਓ ਜੇ। ਨੰਬਰ ਸਕਰੀਨ 'ਤੇ ਚੱਲਦਾ ਰਹਿਣਾ, ਉਹ ਡਿਟੇਲ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ। ਨਾਮ ਦੱਸਿਓ ਵੀਰ। ਨਾਮ ਬੜਾ ਬਿੰਦਰ ਸਿੰਘ ਹੈ ਜੀ। ਕਿ ਬਿੰਦਰ ਬਾਈ, ਅੱਜ ਜਿਹੜੀ ਇਹ ਵਹਿੜ ਵਿਕਾਊ ਕੀਤੀ ਹੈ, ਹਾਂਜੀ, ਪਹਿਲਾ ਸੂਆ ਹੈ? ਪਹਿਲਾ ਸੂਆ ਸੋਣਾ ਨਹੀਂ। ਦੰਦੋ ਕਿਵੇਂ ਹੈ ਬਾਈ ਇਹ? ਦੰਦੋ 4 ਦੰਦ ਆ ਵੀ। ਕਿੰਨੇ ਕੁ ਦਿਨ ਲਊਗੀ ਸੂਣ 'ਚ? ਬਸ 5-4 ਦਿਨ ਲਊਗਾ ਜੀ। 5-4 ਦਿਨ ਲਊਗੀ। ਕੀ ਰੇਟ ਰੱਖਦੇ ਹੋ ਬਾਈ? ਇਹਦਾ 55,000 ਰੁਪਇਆ। ਠੀਕ ਹੈ, ਖੋਲੀ ਬਾਈ ਇਹਨੂੰ। ਸੋ ਦੋਸਤੋ, 55,000 ਰੇਟ ਹੈ। ਮੈਂ ਰੇਟ ਪਹਿਲਾਂ ਹੀ ਦੱਸਤਾ ਸੀਗਾ ਵੀ ਇਹਦਾ ਜਾਇਜ਼ ਹੀ ਰਹਿਣਾ। ਕੱਦ ਕਾਠ ਵਹਿੜ ਦਾ ਸੋਹਣਾ ਹੈ, ਦਰਮਿਆਨੇ ਕੱਦ ਕਾਠ 'ਚ ਹੈ, 4 ਦੰਦ ਹੈ, 10 ਸੂਏ ਚੋਲੋ ਜੇ ਢਾਂਚਾ। ਮੈਨੂੰ ਇਹ ਲੱਗਦਾ ਵੀ ਇਹਦਾ ਇਦਾਂ ਦਾ ਹੀ ਰਹੂਗਾ। ਹਵਾਨਾ ਦੱਸੋ, ਸੋਹਣਾ ਤਿਆਰ ਹੈ, ਭਲੂਣ ਇੱਕ ਪਾਸੇ ਆ ਕਿਉਂਕਿ ਜਦੋਂ ਮੈਂ ਇੱਥੇ ਪਹੁੰਚਿਆ ਉਦੋਂ ਹੀ ਠਾਈ ਹੈ ਬਾਈ ਹੋਰਿਆਂ ਨੇ। ਵੈਸੇ ਤੋਰ ਕੇ ਥੋੜ੍ਹੀ ਬਹੁਤ ਭਲੂਣ ਕੋਸ਼ਿਸ਼ ਕੀਤੀ ਸੀ ਵੀ ਇਹਦੀ ਸੈੱਟ ਹੋ ਜੇ, ਫਿਰ ਵੀ ਜਿਹੜਾ ਵੀਰ ਆਊਗਾ ਉਹਨੇ ਆਪ ਨਿਰਖ ਪਰਖ ਕਰ ਲੈਣੀ ਹੈ। ਕ੍ਰੋਸ ਅੰਗ 'ਚ ਇਹ ਵੱਛੀ, ਗਰਮੀ ਦੇ ਵਿੱਚ ਇਹ ਬਹੁਤ ਕੰਮ ਦੀਆਂ ਗਾਵਾਂ ਕਿਉਂਕਿ ਗਰਮੀ ਇਹ ਮਨਾਉਂਦੀਆਂ ਘੱਟ ਆ। ਦੂਜੀ ਗੱਲ, ਇਹ ਢਾਂਚਾ ਬੁੱਢਾ ਨਹੀਂ ਹੁੰਦਾ ਬਾਈ, ਉੱਧਰ ਨਹੀਂ ਫੇਰ ਗੇੜਾ ਕਰਾ ਦੇਦਾ। ਸੋ ਜਿਹਨੂੰ ਪਸੰਦ ਆਵੇ ਦੋਸਤੋ, ਕਾਲ ਤੁਸੀਂ ਵੀਰ ਨੂੰ ਕਰ ਸਕਦੇ ਹੋ, ਨੰਬਰ ਸਕਰੀਨ ਉੱਤੇ ਚੱਲੀ ਜਾਂਦਾ। ਸੋਹਣੇ ਢਾਂਚੇ ਦੀ ਵਹਿੜ ਅਤੇ ਰੇਟ ਇਹਦਾ 55,000 ਰੁਪਈਆ। ਜੇ ਕੋਈ ਵਪਾਰ ਵਾਲਾ ਵੀਰ ਦੇਖਦਾ ਤਾਂ ਹੋ ਸਕਦਾ 2 ਰੁਪਏ ਉਹਨੂੰ ਚੰਗੀ ਤਿਆਰ ਹੋ ਗਈ ਤਾਂ ਨਾਲ ਰਲਾ ਵੀ ਜਾਵੇ ਬਾਈ, ਉੱਥੇ ਹੀ ਲੈ ਕੇ ਜਾਣੀ ਫਿਰ ਇਹ ਉੱਥੇ ਜਾਣੀ। ਹਾਂ, ਸੋ ਜਿਹਨੂੰ ਪਸੰਦ ਆਵੇ ਦੋਸਤੋ ਕਾਲ ਤੁਸੀਂ ਕਰ ਲਓ ਜੇ। ਇੱਕ ਚੀਜ਼ ਧਿਆਨ 'ਚ ਲਿਆ ਦੇਣਾ ਦੋਸਤੋ, ਬਹਿਣੀ ਵਾਲੇ ਪਾਸੇ ਦੁੱਧ ਵਾਲੇ ਜਿਹੜੇ ਥਣ ਹੈ ਉਹ ਚਾਰੇ ਬਹੁਤ ਸੋਹਣੇ ਆ, ਅਤੇ ਬਹਿਣੀ ਵਾਲੇ ਪਾਸੇ ਇੱਕ ਛੋਟੀ ਛਾਕ ਹੈਗੀ ਆ ਨਾਲ, ਇੱਕ ਜਿਵੇਂ ਆਮ ਤੌਰ 'ਤੇ ਉਹ ਬੁੱਬੀ ਜੀ ਆ ਜਾਂਦੀ ਹੁੰਦੀ ਹੈ ਗਾਵਾਂ ਦੇ, ਉਹ ਜ਼ਰੂਰ ਹੈਗੀ ਆ, ਬਾਕੀ ਉਹ ਚੱਲਦੀ ਨਹੀਂ ਗੀ, ਦੇਖਣ ਤੋਂ ਹੀ ਪਤਾ ਲੱਗਦਾ। ਥਣ ਜਿਹੜੇ ਦੁੱਧ ਚਵਾਈ ਵਾਲੇ ਉਹ ਬਹੁਤ ਸੋਹਣੇ। ਸੋ ਇੱਧਰੋਂ ਤੁਸੀਂ ਇਹਦੇ ਥਣ ਦੇਖ ਸਕਦੇ ਹੋ, ਹਜੇ ਥਣਾਂ 'ਚ ਕੋਈ ਧਾਰ ਤੁਹਾਨੂੰ ਨਜ਼ਰ ਨਹੀਂ ਆਉਣੀ। ਮੈਂ ਜਿਹੜੀ ਇਹ ਬੁੱਬੀ ਕਿਹਾ ਸੀ, ਨਿੱਪਲ ਕਿਹਾ ਸੀ, ਇਹ ਵੈਸੇ ਹੀ ਦਿਸਦੀ ਹੈ ਦੋਸਤੋ, ਬਾਕੀ ਥਣ ਦਾ ਸਾਈਜ਼ ਬਹੁਤ ਸੋਹਣਾ। ਵੈਸੇ ਸੁਭਾਅ ਦੀ ਵੀ ਗਾਂ ਠੰਡੀ ਸੀਲ ਹੈ, ਮੋਢਾ ਤੁਸੀਂ ਦੇਖੋ ਦੂਜੇ ਥਣਾਂ ਦੇ, ਅਤੇ ਉਹ ਸਿਰਫ ਨਾਲ ਇੱਕ ਸ਼ਾਖ ਦੇ ਤੌਰ 'ਤੇ ਹੈਗੀ ਹੈ, ਬਾਕੀ ਚਾਰੇ ਥਣ ਦੇਖ ਸਕਦੇ ਹੋ ਤੁਸੀਂ ਇੱਥੋਂ। ਚੰਗੀ ਅਗਾੜੀ ਹੈ ਦੋਸਤੋ, ਸੋਹਣਾ ਹਵਾਨਾ ਹਜੇ ਬਣਾਊਗੀ ਦਿਨ, 5-4 ਵੀਰ ਕਹਿੰਦਾ ਪਰ ਮੇਰੀ ਤੱਕ ਇਹ ਹੈ ਵੀ 7-8 ਦਿਨ ਹਜੇ ਇਹਨੂੰ ਲੈਣੇ ਚਾਹੀਦੇ ਆ ਸੂਨ ਦੇ ਵਿੱਚ। ਸੋ ਜਿਹਨੂੰ ਪਸੰਦ ਆਵੇ, ਡਿਮਾਂਡ 55,000, ਮਾਨਤਾਣੇ ਦੇ 'ਚੋਂ ਥੋੜ੍ਹਾ ਬਹੁਤ ਜ਼ਰੂਰ ਹੋਊਗਾ। ਧੰਨਵਾਦ।